ਸਤਿ ਸ਼੍ਰੀ ਅਕਾਲ ਪ੍ਰਾਈਮ ਇਸ਼ਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਨਾਮ ਪ੍ਰਭਜੋਤ ਕੌਰ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਜੇਂਦਰ ਪਨੂਜੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਪਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਪਨੂ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਵਾਲੀ ਹੈ ਤੇ ਵੀਰਵਾਨ ਨੂੰ ਸੌਂਚਕ ਸਮਾਗਮ ਹੋਣਾ ਹੈ ਪਰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦੀ ਫਜ਼ੂਲ ਖਰਚੀ ਨਹੀਂ ਕੀਤੀ ਜਾਵੇਗੀ ਸਾਦਾ ਜਿਹਾ ਸਮਾਗਮ ਹੋਵੇਗਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਵੀਆਈਪੀ ਕਲਚਰ ਨੂੰ ਖ ਜੋ ਨੀਤੀਕ ਪੈਤੜਾ ਵਰਤਿਆ ਗਿਆ ਜਾਂ ਫਿਰ ਸੀਰੀਅਸਲੀ ਇੱਕ ਵਧੀਆ ਜੇ ਪੱਖ ਨੂੰ ਲੈ ਕੇ ਜਨਤਾ ਦੇ ਸਾਹਮਣੇ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਦੇਖੋ ਕੈਪਟਨ ਅਵਰਿੰਦਰ ਸਿੰਘ ਨੇ ਇਸ ਵਾਰੀ ਸੰਦੇਸ਼ ਜੜਾਤਾ ਉਹ ਸਾਫ ਹੈ ਜੀ ਰਾਜਨੀਤਿਕ ਪੈਤੜੇ ਵਾਲੀ ਕੋਈ ਗੱਲ ਨਹੀਂ ਪ੍ਰਕਾਸ਼ ਸਿੰਘ ਬਾਦਲ ਜਲੌ ਸ਼ਾਨੋ ਸ਼ੌਕਤ ਟੌਰਟ ਬੱਕਾ ਉਹਦੇ ਵਿੱਚ ਬਹੁਤ ਜ਼ਕੀਨ ਰਖਦਾ ਲੋਕਾਂ ਜਣਾ ਵੇ ਪਿੰਡ ਵਿੱਚ ਬੜਾ ਦੇਸੀ ਜਾਂ ਸਾਧ ਮੁਰਾਦਾ kurta ਪਜਾਮਾ ਜਾਂ ਪਾ ਕੇ ਜਾਵੇ। ਹਾਂਜੀ। ਜੀ ਅਫਸਰਾਂ ਜੀ ਬੈਠਣਾ ਹੋਵੇ ਤੇ ਬੜਾ ਫੱਬ ਕੇ ਬੈਠੇਗਾ। ਵਿਦੇਸ਼ੀ ਲੋਕ ਆਉਣੇ ਹਉਣ ਤੇ ਕਦੇ-ਕਦੇ ਟਾਈ ਵਿੱਲਾ ਲੇ। ਜਦੋਂ ਸੌਹ ਚੁੱਕਣੀ ਹੋਵੇ। ਉਦੋਂ ਇਹਨੂੰ ਪਤਾ ਹੁੰਦਾ ਕਿ ਹਣ ਸ਼ਾਨੋ ਸ਼ਾਕਰ ਦਾ ਮੌਕਾ ਉੱਥੇ ਪਰੇ ਹੋ ਜਾ ਜਲੌ ਬਣਾਵੇਗਾ ਕਿ ਸਾਰੇ ਲੋਕ ਵੇਖਣ। ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਤਾਜ ਪੁਛੀ ਉਣ ਲਗੇ। ਹਾਂਜੀ। ਪੰਜਾਬ ਵਿੱਚ ਕਦੇ ਵੀ ਇਸ ਤਰ੍ਹਾਂ ਤਾਜ ਪੋਸ਼ੀਆਂ ਨਹੀਂ ਸੀ ਇਹ ਰਵੈਤ ਪ੍ਰਕਾਸ਼ ਸਿੰਘ ਬਾਦਲ ਨੇ ਪਾਈ ਸੀ ਕਿ ਖੁੱਲੇ ਸਟੇਡੀਅਮ ਚ ਸੌ ਚੁੱਕੀ ਹਾਂਜੀ ਦੋ ਵਾਰੀ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਚ ਸੌ ਚੁੱਕੀ ਗਈ ਕਰੋੜਾਂ ਦੀ ਲਾਗਤ ਵਾਲਾ ਕ੍ਰਿਕਟ ਸਟੇਡੀਅਮ ਖਰਾਬ ਕਰ ਦਿੱਤਾ ਗਿਆ ਤੀਸਰੀ ਵਾਰੀ ਸੌ ਚੁੱਕਣੀ ਸੀ ਹੁਣ ਜਦੋਂ 2012 ਚ ਹਾਂਜੀ ਤੇ ਚੱਪੜ ਚਿੜੀ ਚਿੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਉੱਥੇ ਜਾ ਕੇ ਗਵਰਨਰ ਨੂੰ ਉੱਥੇ ਸਦਿਆ ਗਿਆ ਪੰਜਾਬ ਦੇ ਲੋਕਾਂ ਨੂੰ ਵਿਕਾਉਣ ਵਾਸਤੇ ਕਿ ਮੈਂ ਗਵਰਨਰ ਨੂੰ ਉੱਥੇ ਸੱਦ ਸਕਦਾ ਫਜ਼ੂਲ ਪੈਸਾ ਖਰਚਾ ਕਿਸ ਜੇ ਇਹੋ ਕੁਝ ਕਰਨਾ ਸੀ ਗਵਰਨਰ ਦੇ ਕੋਲੋਂ ਸੌਂ ਚੁੱਕ ਕੇ ਰਾਜ ਭਵਨ ਚੋਂ ਆ ਸਕਦੇ ਸੀ ਰੈਲੀ ਇੱਥੇ ਆ ਕੇ ਕਰ ਸਕਦੇ ਸੀ ਬਿਲਕੁਲ ਤੁਹਾਡੀ ਜਾਣਕਾਰੀ ਲਈ ਜਦੋਂ ਅਰਵਿੰਦ ਕੇਜਰੀਵਾਲ ਨੇ ਇੱਕ ਸਟੇਡੀਅਮ ਦੇ ਵਿੱਚ ਸੌਹ ਚੁੱਕੀ ਤੇ ਲੈਫਟ ਹੈਂਡ ਗਵਰਦਨ ਨੇ ਉੱਥੇ ਆ ਕੇ ਪਬਲਿਕ ਦੇ ਸਾਹਮਣੇ ਸੌਹ ਚੁਕਾਈ। ਮੈਂ ਉਦੋਂ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆਮ ਆਦਮੀ ਬਣਦਾ ਬਣਦਾ ਖਾਸ ਬਣ ਗਿਆ। ਇਹ ਨਰੈਲੀ ਕਰਨੀ ਸੀ ਲੋਕਾਂ ਦੀ ਵੱਖਰੇ ਤੌਰ ਤੇ ਕਰਦਲ ਲੋਕਾਂ ਦੇ ਸਾਹਮਣੇ ਲੈਫਟ ਹੈਂਡ ਕਰਨ ਨੂੰ ਲਿਆ ਕੇ ਉਹਨਾਂ ਦੇ ਸਾਹਮਣੇ ਆਪਣੇ ਤਾਜ ਪੁਛੀ ਕਰਾਉਣਾ ਇਹ ਗਲਤ ਕੀਤਾ ਗਿਆ। ਜੀ। ਇਹ ਦੂਜੀ ਹਨ ਗਲਤ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਗੱਲਾਂ ਆਖੀਆਂ ਉਹਨਾਂ ਨੇ ਕਿਹਾ ਜੀ ਇੱਕ ਤਾਂ ਤਾਜਪੋਸ਼ੀ ਦੇ ਨਾਂ ਤੇ ਕਰੋੜਾਂ ਰੁਪਏ ਐਵੇਂ ਜਲੋਬ ਉਥੇ ਨਵੀਆਂ ਸਟੇਜਾਂ ਲਾਉਣ ਪ੍ਰਬੰਧ ਕਰਨ ਤੇ ਫੂਕ ਦਿੱਤਾ ਜਾਵੇ ਤਾਂ ਕੋਈ ਮਤਲਬ ਨਹੀਂ ਪੰਜਾਬ ਦੇ ਖਜ਼ਾਨੇ ਦੀ ਹਾਲਤ ਇਹ ਜਿਹੜਾ ਪੰਜਾਬੀ ਦਾ ਮੁਹਾਵਰਾ ਕਾਰਖਾਨਾ ਨੂੰ ਨਹੀਂ ਮਾਪ ਪੀਣ ਗਈ ਹੈ ਹਾਲਤ ਐ ਹੋਜੀ ਹੈ ਤਨਖਾਹਾਂ ਤਾਂ ਦਿੱਤੀਆਂ ਨਹੀਂ ਜਾ ਰਹੀਆਂ ਤੇ ਇਹੋ ਜਿਹੇ ਜਿਹੜੇ ਸ਼ਾਨੋ ਸ਼ੌਕਤ ਵਾਲੇ ਸਮਾਗਮ ਬਾਦਲ ਸਾਹਿਬ ਕਰਦੇ ਰਹਿ ਮੈਂ ਨਹੀਂ ਕਰਦੇ ਰਾਜਪਵਨ ਦਸਹ ਚੁੱਕਾਂਗੇ ਦੂਸਰਾ ਜਿਹੜੇ ਸੌ ਚੁੱਕਣ ਵਾਲੇ ਮੰਤਰੀ ਬਣਾਉਣੇ ਉਹਨਾਂ ਨੂੰ ਉੱਤੇ ਦੱਸਿਆ ਹੋਊਗਾ ਵੀ ਤੁਹਾਨੂੰ ਬਣਾਉਣਾ ਵਾਕਿਆ ਨੂੰ ਨਹੀਂ ਦੱਸਿਆ ਜਿਹੜੇ ਐਮਐਲਏ ਵੀ ਆਉਣੇ ਉਹਨਾਂ ਸਾਰਿਆਂ ਨੂੰ ਆਖਿਆ ਕਿ ਇੱਕ ਇੱਕ ਦੋ ਦੋ ਆਪਣੇ ਨੇੜਲੇ ਬੰਦੇ ਲਿਆਓ ਫालतू ਉੱਤੇ ਜਨਤਾ ਨਹੀਂ ਇਕੱਠੀ ਕਰਨੀ ਹਾਂਜੀ ਤੇ ਮੈਂ ਨਹੀਂ ਚਾਹੁੰਦਾ ਕਿ ਜਦੋਂ ਸੌ ਚੁੱਕ ਸਮਾਗਮ ਹੋਣਾ ਉਦੋਂ ਚੰਡੀਗੜ੍ਹ ਦੀਆਂ ਸੜਕਾਂ ਤੇ ਜਾਮ ਲੱਗ ਜਾਣ ਤੇ ਪਬਲਿਕ ਤੰਗ ਹੋਵੇ ਇਹਨਾਂ ਪੈਸਾ ਖਰਚਿਆ ਜਾਵੇ ਫਜ਼ੂਲ ਖਰਚੀ ਕੀਤੀ ਜਾਵੇ ਇਹਦਾ ਕੋਈ ਮਤਲਬ ਨਹੀਂ ਬਿਲਕੁਲ ਇਹ ਸੰਦੇਸ਼ ਬਿਲਕੁਲ ਠੀਕ ਆ ਔਰ ਹੋਣਾ ਵੀ ਚਾਹੀਦਾ ਇਹਨਾਂ ਨੇ ਜਿਸ ਤਰ੍ਹਾਂ ਦਾ ਪਿਛਲੇ ਸਮੇਂ ਚ ਕਰਨਾ ਸ਼ੁਰੂ ਕਰ ਦਿੱਤਾ ਸੀ ਯਾਦਗਾਰਾਂ ਦੂਸਰਾ ਤੀਸਰਾ ਜਨਤਾ ਦੇ ਕੰਮ ਪਿੱਛੇ ਪੈ ਗਏ ਸੀ ਤੇ ਵਿਖਾਵਾ ਸ਼ੋਅ ਉਹ ਜ਼ਿਆਦਾ ਹੋ ਗਿਆ ਸੀ ਬਹੁਤ ਹੀ ਜ਼ਿਆਦਾ ਹੋ ਗਿਆ ਸੀ ਉਹਦੇ ਉੱਤੇ ਪੈਸਾ ਬਹੁਤ ਫੁੱਕਿਆ ਜਾ ਰਿਹਾ ਸੀ ਜਿੰਨੀਆਂ ਯਾਦਗਾਰਾਂ ਬਣੀਆਂ ਨੇ ਉਹਨਾਂ ਚ ਕੋਈ 10% ਦੀ ਬਣੀ ਹੈ ਕੋਈ 20% ਦੀ ਬਣੀ ਹੈ ਬਾਕੀ ਉਹਦਾਂ ਢਾਂਚੇ ਖੜੇ ਕੀਤੇ ਆ ਜ਼ਮੀਨਾਂ ਐਕਵਾਇਰ ਕਰਨ ਦੇ ਵਿੱਚ ਵੀ ਖਾਦਾ ਪੀਤਾ ਗਿਆ ਮਾਲ ਲਿਆਉਣ ਦੇ ਵਿੱਚ ਵੀ ਖਾਦਾ ਪੀਤਾ ਗਿਆ ਪਤਾ ਨਹੀਂ ਕੀ ਕੁਛ ਆ ਲੋਕੀ ਬੜੀਆਂ ਗੱਲਾਂ ਕਰਦੇ ਆ ਹਾਂਜੀ ਤੇ ਉਦਘਾਟਨ ਕਰ ਕਰਕੇ ਤੇ ਆਪ ਪਾਸੇ ਖਸ ਗਿਆ ਹੁਣ ਜਿਹੜੇ ਬਾਅਦ ਵਿੱਚ ਆਉਣਗੇ ਉਹਨਾਂ ਦੇ ਸਿਰ ਜ਼ਿੰਮੇਵਾਰੀ ਹੋਵੇਗੀ ਜੇ ਉਹ ਯਾਦਗਾਰਾ ਮੁਕੰਮਲ ਕਰਨ ਤੇ ਬਜਟ ਸਾਰਾ ਫੋਕਿਆ ਜਾਣਾ ਤੇ ਜੇ ਨਾ ਮੁਕੰਮਲ ਕਰਨ ਤੇ ਰੌਲਾ ਪੈਣਾ ਕਿ ਆ ਕੰਮ ਕੀਤਾ ਨਹੀਂ ਫਸਾ ਗਿਆ ਪਰ ਉਹ ਕਿਉਂ ਕਰਨਗੇ ਇਹ ਸਾਰੇ ਤਵਾਸ਼ ਵੀ ਨਹੀਂ ਕੀਤੀਆਂ ਗਿਆ ਤਾਂ ਫਾਇਦਾ ਕੋਈ ਨਹੀਂ ਹਾਂਜੀ ਗੁਰੂ ਸਾਹਿਬ ਦਾ ਸੰਦੇਸ਼ ਨਹੀਂ ਪ੍ਰਚਾਰਿਆ ਗਿਆ ਇਹ ਕਰ ਦਿੱਤਾ ਗਿਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਸਾਰਾ ਹਰ ਇੱਕ ਘਰ ਚਟਾ ਕਰ ਦੇਣਾ ਉੱਥੇ ਰੰਗ ਕਰਕੇ ਇਹ ਕਹਿਤਾ ਗਿਆ ਕਿ ਉੱਥੇ ਪੰਜ ਪਿਆਰਿਆਂ ਦੇ ਨਾਂ ਤੇ ਪੰਜ ਨਿਸ਼ਾਨ ਸਾਹਿਬ ਲਾ ਦੇਣੇ ਪੰਜ ਫੁਆਰੇ ਲਾ ਦੇਣੇ ਉਹਨਾਂ ਦਾ ਸੰਦੇਸ਼ ਪ੍ਰਚਾਰਨ ਤੇ ਕੋਈ ਜ਼ੋਰ ਨਹੀਂ ਦਿੱਤਾ ਗਿਆ ਸਿੱਖ ਪੰਥ ਪਿਛਲੀਆਂ 3 ਸਦੀਆਂ ਤੋਂ ਅਨੰਦਪੁਰ ਸਾਹਿਬ ਤੋਂ ਇਸ ਤਰ੍ਹਾਂ ਦੇ ਜਲੌਤ ਤੋਂ ਬਿਨਾਂ ਵੀ ਸੇਦ ਲੈਂਦਾ ਰਿਹਾ ਸੀ ਬਿਲਕੁਲ ਸਹੀ ਕਹਿ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਇਦਾਂ ਹੀ ਕਰਦਾ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਵਾਂਗਾ ਜਿਤੇ ਰਾਜ ਦਾ ਮਤਲਬ ਇਹ ਹੁੰਦਾ ਫਿਰ ਤਾਂ ਉਹਨਾਂ ਦੇ ਦਿੰਦਾ ਜ਼ਗੀਰਾਂ ਵੀ ਵੰਡਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਜਿੱਥੇ ਜਾਣਾ ਫਲਾਣਾ ਬੰਦੇ ਨੂੰ ਖੁਸ਼ ਕੀਤਾ ਚੱਲ ਤੈਨੂੰ ਪੰਜਾਂ ਪਿੰਡਾਂ ਦੀ ਜ਼ਗੀਰ ਬਾਦਲ ਸਾਹਿਬ ਜਿੱਥੇ ਜਾਂਦੇ ਫਲਾਣੇ ਬੰਦੇ ਆਪਣੀ ਪਾਰਟੀ ਦਾ ਪੱਕਾ ਇਨੀਆਂ ਵੋਟਾਂ ਦੇ ਸਕਦਾ ਚੱਲ ਤੈਨੂੰ 30 ਲੱਖ ਦਾ ਚੱਕ ਦੇ ਦਿੰਨੇ ਨੇ 35 ਦਾ ਕਰ ਦਿੰਨੇ ਹੋਰ ਦੱਸ ਚਾਹੀ ਪੂਰੀ ਰਾਤ ਸੀ ठाट-ਬਾਠ ਦੇ ਨਾਲ ਉਹ ਸਾਰਾ ਹੀ ठाट-ਬਾਠ ਉਹ ਮਹਾਰਾਜ ਰਣਜੀਤ ਸਿੰਘ ਵੜੈਸ ਪਰਪਰ ਬੁੱਕ ਬੰਦਦੇ ਹਾਂਜੀ ਹੁਣੇ ਕੰਮ ਨਹੀਂ ਚੱਲਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਲਾਉਣ ਦੇ ਸਾਹਮਣੇ ਮੁਸ਼ਕਲਾਂ ਦੇ ਢੇਰ ਨੇ ਬਾਸ ਸਾਡੇ ਪਿਛਲੀ ਸਰਕਾਰ ਗਹਿਣੇ ਪਾ ਗਈ ਬਿਲਕੁਲ ਹਸਪਤਾਲ ਗਹਿਣੇ ਪਾਏ ਪਏ ਬਹੁਤ ਸਾਰੇ ਸਰਕਾਰੀ ਦਫ਼ਤਰ ਗਹਿਣੇ ਪਾਏ ਪਏ ਰੈਸਟੋਰੈਂਟ ਉਸਤੇ ਗੈਸਟ ਹਾਊਸ ਵੇਚ ਦਿੱਤੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦੇ ਕੁਝ ਰਸਾੜ ਬਣੇ ਹੋਏ ਸਨ ਉਹ ਕੁਝ ਵੇਚ ਦਿੱਤੇ ਕੋਠੇ ਤੇ ਚੜਦੇ ਕਾਦੇ ਵਿੱਚ ਆਪਣੇ ਬੰਦਿਆਂ ਨੂੰ ਹਥੋ-ਹਥੀ ਸੌਫ ਸਾਫ ਦਿੱਤੇ ਹਾਂਜੀ ਅੱਗੋਂ ਜਿਹੜੀ ਸਰਕਾਰ ਆਊਗੀ ਉਹਨੇ ਕੰਮ ਕਾਦੇ ਨਾਲ ਚਲਾਉਣਾ ਉਹਦਾ ਇੱਕੋ ਤਰੀਕਾ ਰਹਿ ਗਿਆ ਕਿ ਜਿਹੜੇ ਮੰਤਰੀ ਬਣਨੇ ਉਹਨਾਂ ਨੂੰ ਪਹਿਲੇ ਦਿਨ ਹੀ ਇਹ ਕਹਿਤਾ ਜਾਵੇ ਮੂੰਹ ਦੇ ਉੱਤੇ ਛਿੱਕਾ ਰੱਖਿਓ ਤੇ ਪੇਟ ਦੇ ਉੱਤੇ ਪੇਟੀ ਥੋੜੀ ਜਿਹੀ ਘੁੱਟ ਕੇ ਬੰਨ੍ਹਿਓ ਜੇ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਨਾ ਰੱਖਿਆ ਤੇ ਸਰਕਾਰਾਂ ਨਹੀਂ ਚੱਲਦੀ ਮੈਂ ਤਾਂ ਸਗੋਂ ਇੱਥੋਂ ਤੱਕ ਵੀ ਆ ਕਿ ਸਾਰੇ ਉੱਥੇ ਐਮਐਲਏਜ਼ ਨੂੰ ਜਿੰਨੀਆਂ ਸਹੂਲਤਾਂ ਹੁਣ ਦਿੱਤੀਆਂ ਜਾ ਰਹੀਆਂ ਨੇ ਕਿ ਹਰ ਇੱਕ ਦੇ ਕੋਲ ਇੱਕ ਫਲੈਟ ਵੀ ਹੋਵੇਗਾ ਆ ਸਹੂਲਤਾਂ ਸਹੂਲਤ ਹਾਂਜੀ ਪਿਛਲੀ ਸਰਕਾਰ ਬਾਦਲ ਸਾਹਿਬ ਤਾਂ ਇਹ ਵੀ ਗੈਰਕਾਨੂੰਨੀ ਕੰਮ ਕਰ ਗਈ ਕਿ ਐਮਐਲਏ ਜਿਹੜੇ ਆ ਉਹਨਾਂ ਨੂੰ ਤਾਂ ਲਾਲ ਬੱਤੀ ਵਾਲੀ ਕਾਰ ਸਰਕਾਰੀ ਗੱਡੀ ਜਿਹੜੀ ਉਹ ਦੇਣੀ ਦੇਣੀ ਆ ਉਨਨੂੰ ਵੀ ਖੁੱਲ੍ਹ ਦੇ ਦਿੱਤੀ ਕਿ ਆਪਣੇ ਘਰ ਦੀ ਇੱਕ ਜਾਂ ਦੋ ਕਾਰਾਂ ਦੇ ਉੱਤੇ ਵੀ ਲਾਲ ਬੱਤੀ ਲਾ ਸਕਦੇ ਆ ਉਹ ਭਾਵੇਂ ਘਰਵਾਲੀ ਵਰਤੇ ਭਾਵੇਂ ਮੁੰਡਾ ਵਰਤੇ ਭਾਵੇਂ ਭਤੀਜਾ ਭਾਂਜਾ ਕੋਈ ਰਿਸ਼ਤੇਦਾਰੀ ਵਰਤੀ ਜਾਵੇ ਉਹਦੇ ਉੱਤੇ ਵੀ ਲਾਲ ਬੱਤੀ ਲੱਗਿਓ ਤੇ ਸਾਰੀਆਂ ਖੁੱਲ੍ਹਾ ਖਤਮ ਕਰਨੀਆਂ ਪੈਣੀਆਂ ਇਹਨਾਂ ਦੀ ਦੁਰਵਰਤੋਂ ਹੁੰਦੀ ਬੜੇ ਸਖਤ ਨਿਯਮ ਬਣਾਉਣੇ ਪੈਣਗੇ ਸ਼ੁਕਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਪਹਿਲਾ ਕਦਮ ਚੰਗਾ ਚੁੱਕਿਆ ਪਰ ਇਹ ਪਹਿਲਾ ਕਦਮ ਹੈ ਅੱਗੋਂ ਅਸੀਂ ਵੇਖਾਂਗੇ ਕਿ ਕਿਤੇ ਨੂੰ ਜਾਂਦੇ ਆ ਬਿਲਕੁਲ ਆਸ ਕਰਨੀ ਬਣਦੀ ਹੈ ਕਿ ਉਹ ਠੀਕ ਸਿਹਤ ਵਿੱਚ ਚੱਲਣਗੇ ਨੁਕਤਾ ਚੀਨੀ ਤੋਂ ਬਚੇ ਰਹਿਣ। ਜੀ ਤੇ ਜਨਤਾ ਵੀ ਇਸੇ ਚੀਜ਼ ਦੀ ਉਮੀਦ ਕਰਦੀ ਹੈ। ਪ੍ਰੋਗਰਾਮ ਦੇ ਵਿੱਚ ਫਿਲਹਾਲ ਸਮਾਹ ਹੋ ਗਿਆ ਇੱਕ ਛੋਟ ਜਿਹਾ ਬ੍ਰੇਕ ਤਾਂ ਤੁਸੀਂ ਕੀਤੇ ਨਾ ਜਾਣਾ ਤੇ ਬੜੇ ਰੋਸਾ ਨਾਲ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪਾਣੂ ਜੀ ਦੇ ਨਾਲ। ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਤੇ, ਕੁਝ ਪਰਦੇਸ਼ ਤੇ, ਕੁਝ ਵਿਦੇਸ਼ ਤੇ, ਕੁਝ ਇਤਿਹਾਸ ਤੇ, ਕੁਝ ਮਿਥਿਹਾਸ ਤੇ। ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਹਾਂ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਮ ਵਾਹ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪਨਰਜੀ ਦੇ ਨਾਲ ਪਨੂ ਸਾਹਿਬ ਜਿਸ ਤਰੀਕੇ ਦੀ ਭਾਰਤ ਦੇ ਵਿੱਚ ਜਿਹਨਾਂ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਸਿੱਗੀਆਂ ਚਿੱਤ ਨੂੰ ਦੇਖ ਕੇ ਭਾਜਪਾ ਬਹੁਤ ਜ਼ਿਆਦਾ ਖੁਸ਼ ਹੈ ਗੋਆ ਦੇ ਵਿੱਚ ਤਾਂ ਚਲੋ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ ਤੇ ਮਨੀਪੁਰ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਜਿਹੜੀ ਬਹੁਤ ਸੰਮਤੀ ਦੀ ਜਿਹੜੀ ਸੂਚੀ ਸੀਗੀ ਉਹ ਗਵਰਨਰ ਨੂੰ ਸੌਮ ਦਿੱਤੀ ਹੈ ਪਰ ਗੋਆ ਦੇ ਵਿੱਚ ਬਣਾਈ ਸਰਕਾਰ ਨੂੰ ਲੈ ਕੇ ਜਿਸ ਤਰੀਕੇ ਦੇ ਕੰਮ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ ਨੂੰ ਲੈ ਕੇ ਜਿਹੜੀ ਕਾਂਗਰਸ ਹੈ ਉਹ ਬੁਰੇ ਤਰੀਕੇ ਦੇ ਨਾਲ ਪੜਕੀ ਪਈ ਹੈ ਤੇ ਜੇ ਆਪਾਂ ਸਾਰੇ ਪੱਖਾ ਤੋਂ ਗੱ ਇਹ ਥਿਰ ਗਲਤ ਜਾਪ ਜੀ ਦੇ ਵਿੱਚ ਦੇਖੋ ਪ੍ਰਭ ਜੀ ਗੱਲ ਇਹ ਹੈ ਕਿ ਦੋਵੇਂ ਤਰ੍ਹਾਂ ਹੀ ਆਪੋ ਆਪਣੀ ਥਾਂ ਤੇ ਠੀਕ ਨੇ ਦੋਵੇਂ ਗਲਤ ਨੇ ਜੀ ਭਾਈਪਾ ਕਹਿੰਦੀ ਹੈ ਕਿ ਸਾਡੇ 13 ਜਿੱਤੇ ਸੀ ਗੋਆ ਦੇ ਵਿੱਚ ਸਰਕਾਰ ਬਣਾਉਣੀ ਵੀ ਚਾਹੀਦੀ ਅਸੀਂ ਬਾਈ ਜੋੜ ਲੈ ਸਾਡੇ ਕੋਲ ਹੈ ਗਲਤ ਅਸੀਂ ਕੀਤਾ ਹਾਂ ਜੀ ਕਾਂਗਰਸ ਕਹਿੰਦੀ ਹੈ ਜੀ ਜੋੜੇ ਗਲਤ ਤਰੀਕੇ ਨਾਲ ਗਵਰਨਰ ਤੁਹਾਡਾ ਆਪਣਾ ਅਪਾਇੰਟ ਕੀਤਾ ਸੀ ਉਹਨੇ ਵੱਡੀ ਪਾਰਟੀ ਅਸੀਂ ਸਭ ਤੁਹਾਡੇ 13 ਸੀ ਸਾਡੇ 17 ਸੀ ਸਾਨੂੰ ਪਹਿਲਾਂ ਪੁੱਛਿਆ ਕਿ ਤੁਸੀਂ ਸਰਕਾਰ ਬਣਾਓ ਵੱਡੀ ਪਾਰਟੀ ਨੂੰ ਪਹਿਲਾਂ ਪੁੱਛਣਾ ਚਾਹੀਦਾ ਸੀ ਹਾਂਜੀ ਇਹ ਸੁਪਰੀਮ ਕੋਰਟਸ ਚਲੇਗਾ ਸੁਪਰੀਮ ਕੋਰਟ ਨੇ ਆਖਿਆ ਜੇ ਤੁਸੀਂ ਵੱਡੀ ਪਾਰਟੀ ਹੈ ਜੇ ਤੁਸੀਂ ਬਹੁਤ ਸੰਪਤੀ ਪੇਸ਼ ਕਰ ਸਕਦੇ ਸੀ ਤੇ ਦੂਜਿਆਂ ਨੇ ਬਾਈ ਪੇਸ਼ ਕੀਤੀ ਹੈ ਤੁਸੀਂ ਵੀ ਜਾ ਕੇ ਕਰਦੇ ਹੋ ਹਾਂਜੀ ਤੁਸੀਂ ਕਿਉਂ ਨਹੀਂ ਕਰ ਸਕਦੇ ਇਸ ਪੱਖੋਂ ਭਾਜਪੀ ਠੀਕ ਜਾਪਦੀ ਹੈ ਅਸੀਂ ਵੱਡੀ ਪਾਰਟੀ ਇਸ ਪੱਖੋਂ ਕਾਂਗਰਸ ਠੀਕ ਜਾਪਦੀ ਹੈ ਹੋਇਆ ਕੀ ਪਿਛਲੇ 5 ਸਾਲਾਂ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਆ ਉਹ ਆਪਣੇ ਬਹੁਸੰਪਤੀ ਸੰਭਾਲ ਨਹੀਂ ਸਕੀ ਹਾਂਜੀ ਇਹਨਾਂ ਚੋਣਾਂ ਚ ਡਿੱਗ ਪਈ ਸੀਟਾਂ ਪੱਲੇ ਪਈਆਂ 13 ਕਾਂਗਰਸ ਬਿਲਕੁਲ ਸਿਰੇ ਤੇ ਜਾ ਕੇ ਰਗੀ ਸੀਟਾਂ ਆਈਆਂ ਉਹਨਾਂ ਦੀਆਂ 17 17 ਹੂੰ ਮਹਾਰਾਸ਼ਟਰਵਾਦੀ ਗੋਪੰਤਕ ਪਾਰਟੀ ਜਿਹੜੀ ਉਹਦੀਆਂ 3 ਆਈਆਂ ਤੇ ਇੱਕ ਹੋਰ ਗੋਆ ਫਾਰਵਰਡ ਪਾਰਟੀ 3 ਉਹਦੀਆਂ ਦੋ ਜ ਆਂ ਦੋ ਆਜ਼ਾਦ ਜਿੱਤ ਕੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਆਖਿਆ ਕਿ ਤੁਸੀਂ ਛੱਟਣਾ ਬਿਲੋ ਇੱਕ ਪਾਰਟੀ ਇਹੋ ਜੀ ਉਹਨਾਂ ਨੇ ਅਖਿਆ ਜੀ ਇਹ ਤਿੰਨ ਜਣੇ ਆ ਤੇ ਇਹਨਾਂ ਨੂੰ ਮੰਤਰੀ ਬਣਾ ਦਿਓ ਤਾਂ ਉਹਨੇ ਦੋ ਜਿਆਦ ਸੀ ਦੋਵਾਂ ਨੇ ਅਖਿਆ ਜੀ ਸਾਨੂੰ ਮੰਤਰੀ ਬਣਾਓ ਤਾਂ ਉਹਨੇ ਆਪਣੀਆਂ ਸ਼ਰਤਾਂ ਤੇ ਭਾਜਪਾ ਨੇ ਅਖਿਆ ਜੀ ਠੀਕ ਹੈ ਤੁਹਾਡੇ ਵੀ ਦੋ ਬਣਾ ਦਿੰਨੇ ਆ ਤੁਹਾਡੇ ਤਿੰਨ ਵੀ ਬਣਾ ਦਿੰਨੇ ਆ ਇੱਕ ਮੰਤਰੀ ਹੋਰ ਬਣ ਸਕਦਾ ਛੇ ਆ ਉਹ ਅਸੀਂ ਆਪਣਾ ਬੀਜੇਪੀ ਦਾ ਬਣਾ ਲਨੇ ਤੇਰਾ ਮੈਂਬਰ ਵਾਲੀ ਪਾਰਟੀ ਦਾ ਇੱਕ ਮੰਤਰੀ ਹੋਵੇਗਾ ਬਾਕੀਆਂ ਦੇ ਉਹਨਾਂ ਨੂੰ ਆਖਿਆ ਠੀਕ ਹੈ ਤੁਹਾਡੀ ਈਨ ਮੰਨੀ ਆ ਜਾਓ ਸਰਕਾਰ ਬਣਾ ਲੀਏ ਤੂੰ ਨਾਲ ਜੁੜ ਗਏ ਇਹ ਸੌਦੇਬਾਜ਼ੀ ਭਾਜਪਾ ਨੇ ਗਲਤ ਕੀਤੀ ਪਰ ਕਾਂਗਰਸੀਆਂ ਨੇ ਪੁੱਛਿਆ ਜਾ ਸਕਦਾ ਕਿ ਭਾਜਪਾ ਨੇ ਆਪਣੇ ਬੰਦਿਆਂ ਨੂੰ ਬਚਾ ਲਿਆ ਕਿ ਆਪਣਾ ਇੱਕ ਵਜ਼ੀਰ ਬਣਾ ਲੀਏ ਬਾਕੀ ਸਾਰੇ ਦੇ ਦिए ਸਰਕਾਰ ਤੇ ਆਪਣੇ ਹੱਥੋਂ ਹਾਂਜੀ ਕਾਂਗਰਸੀ ਇੰਨੇ ਸੱਤਾ ਦੇ ਭੁੱਖੇ ਹੈ ਕਿ ਇਸ ਤਰ੍ਹਾਂ ਦਾ ਸੌਦਾ ਇਹ ਮਾਰ ਸਕਦੇ ਸੀ ਕਿ ਵਜ਼ੀਰੀਆਂ ਤੁਸੀਂ ਕਰ ਲਓ ਤੇ ਮੁੱਖ ਮੰਤਰੀ ਸਾਡਾ ਰਹੇ ਸਰਕਾਰ ਸਾਡੀ ਬਣ ਜਾਂਦੇ ਹੋ ਇਹ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਇਹ ਇਹਨਾਂ ਦੇ ਵਿੱਚ ਹਰ ਕੋਈ ਵਜ਼ੀਰ ਬਣਨ ਨੂੰ ਤਿਆਰ ਸੀ ਦੂਸਰਾ ਬਾਬਲਾ ਮਨੀਪੁਰ ਦਾ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਓਕਰਮ ਅਬੋਬੀ ਸਿੰਘ ਨੇ ਅਗਵਾਈ ਕੀਤੀ 30 ਸੀਟਾਂ ਚਾਹੀਦੀਆਂ ਸੀ 28 ਜਿੱਤ ਗਿਆ ਜੇ ਆਪਣੀ ਪਾਰਟੀ ਠੱਬੀ ਨਾ ਲਾਉਂਦੀ ਤੇ 30 ਵੀ ਕਰ ਜਾਂਦਾ ਹਾਂਜੀ ਬੀਜੇਪੀ ਦੀਆਂ ਆਈਆਂ 21 ਉਹਨੇ 21 ਤੋਂ 31 32 ਕਰ ਲੀਆਂ ਇਸ ਕਰਕੇ ਕਰ ਲੀਆਂ ਕਿ ਉੱਥੇ ਨਾਗਾ ਪੀਪਲਸ ਫਰੰਟ ਹੈ ਇੱਕ ਪੀਪਲਸ ਪਾਰਟੀ ਉੱਥੇ ਅਗੇ ਨੈਸ਼ਨਲ ਪੀਪਲਸ ਪਾਰਟੀ ਉਹਨਾਂ ਦੋਵਾਂ ਦੀਆਂ 4-4 ਆਈਆਂ ਸੀ ਉਹ ਇਹਨਾਂ ਨੇ ਜੋੜ ਲੀਆਂ 21 ਤੇ 4 25 ਤੇ 4 29 ਕਰ ਲਿਆ ਇੱਕ ਤਿਰੰਗ ਮੋਲ ਕਾਂਗਰਸ ਦਾ ਸੀ ਉਹ ਜੋੜ ਲਿਆ ਉਹ ਤੇ ਵੀ ਜੋੜ ਕੇ ਟੋੜਦੀ ਹੋਗੀ ਤੇ ਹੋ ਗਏ ਦੋ ਆਜ਼ਾਦ ਸੀ ਉਹ ਯਾਰ ਨਾਲ ਜੋੜ ਕੇ ਤੇ ਉਹ 32 ਕਰ ਲਏ ਕਾਂਗਰਸ ਕਹਿੰਦੇ ਆਂ ਅਸੀਂ ਵੱਡੀ ਪਾਰਟੀ ਆਂ ਵੱਡੀ ਪਾਰਟੀ ਐ ਠੀਕ ਨੇ ਪਰ ਕੱਲਿਆਂ ਬੈਠ ਕੇ ਤਾਂ ਸੋਚਣਾ ਚਾਹੀਦਾ ਕਿ ਇੰਨੀਆਂ ਪਾਰਟੀਆਂ 'ਚੋਂ ਸਾਡੇ ਨਾਲ ਕੋਈ ਵੀ ਜੁੜਨ ਨੂੰ ਤਿਆਰ ਨਹੀਂ ਕਿਉਂ ਨਹੀਂ ਜੁੜਨ ਨੂੰ ਤਿਆਰ ਇਹਦਾ ਇੱਕ ਕਾਰਨ ਹੈ ਇਕ ਤਰ੍ਹਾਂ ਕਿ ਪਿਛਲੇ ਸਮੇਂ ਚ ਕਾਂਗਰਸੀਆਂ ਨੇ ਚੱਜ ਨਾਲ ਵਿਹਾਦ ਨਹੀਂ ਕੀਤਾ ਭਾਈਵਾਲਾਂ ਨਾਲ ਹਾਂਜੀ ਦੂਸਰਾ ਉੱਥੇ ਜਿਹੜੇ ਲੋਕ ਨੇ ਹਰ ਕੋਈ ਵੇਖਦਾ ਕਿ ਦਿੱਲੀ ਕਿਧਰ ਹੈ ਜਕੇਂਦਰ ਸਰਕਾਰ ਪਿੱਛੇ ਹੋਵੇ ਤੇ ਫਾਇਦੇ ਬਹੁਤ ਹੈ ਬੀਜੇਪੀ ਉੱਥੇ ਸਿਰੇ ਦੀ ਮੌਕਾ ਪ੍ਰਸਤ ਖੇਡ ਖੇਡਦੀ ਪਈ ਹੈ ਪੂਰੇ ਤਰੀਕੇ ਦੇ ਨਾਲ ਦੋਨਾਂ ਸੂਬਿਆਂ ਦੇ ਵਿੱਚ ਖੇਡ ਗਈ ਇਸ ਖੇਡ ਦਾ ਪਿਛੋਕੜ ਵੇਖੋ ਪੰਜ ਸਾਲ ਪਹਿਲਾਂ 2012 ਦੀਆਂ ਚੋਣਾਂੀਆਂ ਤੇ ਬੀਜੇਪੀ ਦਾ ਇੱਕ ਵੀ ਐਮਐਲਏ ਨਹੀਂ ਜਿੱਤਿਆ ਤਰਨਤੂਲ ਕਾਂਗਰਸ ਦੇ 7 ਜਿੱਤੇ ਸੀ 2015 ਚ ਇਹਨਾਂ ਨੇ ਤਰਨਤੂਲ ਕਾਂਗਰਸ ਦੇ 6 ਬੰਦੇ ਤੋੜ ਕੇ ਆਪਣੇ ਨਾਲ ਜੋੜ ਲਏ ਕਿ ਤੁਸੀਂ ਆਓ ਤੇ ਬਾਕੀ ਇੱਧਰ ਉੱਧਰ ਕਰਦੇ ਆਂਗੇ ਤੇ ਸਰਕਾਰ ਤੁਸੀਂ ਬਣਾਓ ਤੇ ਕਾਂਗਰਸ ਦੀ ਸਰਕਾਰ ਤੁਰ ਉਹ ਭਾਜੀਪੀ ਜਾਣ ਲੱਗੇ ਤੇ ਜਿਹੜਾ ਸਪੀਕਰ ਸੀ ਉਹਨਾਂ ਨੇ ਉਹਨੂੰ ਮੈਂਬਰੀ ਤੋਂ ਹੀ ਸਾਰਿਆਂ ਨੂੰ ਡਿਸਕਵਾਲਿਫਾਈ ਕਰਤਾ ਅਯੋਗ ਘਰਾੜ ਦੇ ਦਿੱਤਾ ਹਾਂਜੀ ਉਹਨਾਂ ਦਾ ਲੀਡਰਸ਼ਿਪ ਬिश्वजीत ਸਿੰਘ ਬिश्वजीत ਸਿੰਘ ਨੂੰ ਭਾਜਪਾ ਕਹਿੰਦੀ ਸੀ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਜਦੋਂ ਬਣ ਨਾ ਸਕਿਆ ਡਿਸਕਵালিਫਾਈ ਹੋ ਗਿਆ ਉਹਨੂੰ ਕਹੇ ਤੂੰ ਟਿਕਿਆ ਰਹਿ 2017 ਦੀ ਬਸਾਲਤਾ ਇਕ ਰਿਆ ਗਿਆ ਸੀ ਚੋਣਾਂ ਹੋਣੀਆਂ ਤੈਨੂੰ ਮੁੱਖ ਮੰਤਰੀ ਬਣਾਉਣਾ ਤੇ ਉਹ ਟਿਕਿਆ ਰਿਆ ਜਦੋਂ ਚੋਣਾਂ ਹੋਣ ਚ ਸਾਢੇ 4 ਮਹੀਨੇ ਰਹਿ ਗਏ ਆ ਜਿਹੜਾ ਹੁਣ ਮੁੱਖ ਮੰਤਰੀ ਬਣਾਉਣ ਲੱਗੇ ਆ ਐਨ ਵੀਰਨ ਸਿੰਘ ਹਾਂਜੀ ਇੱਕ ਕਾਂਗਰਸੀ ਮੰਤਰੀ ਸੀ ਇਸਤਿਫਾ ਦੇ ਕੇ ਭਾਜਪਾ ਚ ਆ ਗਿਆ ਆਇਆ ਇਹ ਸ਼ਰਤੇ ਕਿ ਭਾਵੇਂ 1.5 ਸਾਲ ਦਾ ਤੁਸੀਂ ਲਾਰਾ ਲਾਇਆ ਬਿਸ਼ਵਜੀਤ ਸਿੰਘ ਨੂੰ ਉਹਨੂੰ ਪਾਸੇ ਕਰੋ ਮੈਨੂੰ ਮੁੱਖ ਮੰਤਰੀ ਬਣਾਓ ਤੇ ਇਹਨਾਂ ਆਖਾ ਠੀਕ ਆ ਉਹਨੂੰ ਵਿਚਾਰ ਨੂੰ ਪਾਸੇ ਕਰਤਾ ਜੀ 1.5 ਸਾਲ ਤੋਂ ਡਿਸਕਵালিਫਾਈ ਹੋ ਕੇ ਬੈਠਾ ਸੀ ਇਹ ਤੇ ਕੀ ਭਾਸੇਗਾ ਇਹਨੂੰ ਆਖਾ ਤੈਨੂੰ ਮੁੱਖ ਮੰਤਰੀ ਬਣਾਉਣੇ ਪਰ ਸਰ ਮੋਰਲ ਵੈਲਿਊਸ ਕਿੱਥੇ ਗਏ ਨਾ ਦੇ ਕੋਈ ਮੋਰਲ ਵੈਲਿਊ ਨਹੀਂ ਜਿਹੜਾ ਵੀਰਨ ਸਿੰਘ ਹੋਣੇ ਮੁੱਖ ਮੰਤਰੀ ਬਣਾਉਣ ਲੱਗੇ ਆ ਉਹ ਪਹਿਲਾਂ ਫੁੱਟਬਾਲ ਦਾ ਖਿਡਾਰੀ ਹੁੰਦਾ ਸੀ ਜੀ ਵਿਹਲਾ ਹੋਇਆ ਪੱਤਰਕਾਰ ਬਣਿਆ 2002 ਦੀਆਂ ਚੋਣਾਂ ਦੇ ਵਿੱਚ ਰੈਵਲੂਸ਼ਨਰੀ ਪਾਰਟੀ ਬਣਾ ਕੇ ਜਿੱਤਿਆ ਤੇ ਜਿੱਤ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹਾਂਜੀ ਕਾਂਗਰਸ ਨੇ ਮੰਤਰੀ ਬਣਾਤਾ ਕਾਂਗਰਸ ਦੀਆਂ ਤਿੰਨ ਸਰਕਾਰਾਂ ਚੋਂ ਮੰਤਰੀ ਰਹਿ ਚੁੱਕਾ ਪਹਿਲੀ ਵਾਰੀ ਰੈਵਲੂਸ਼ਨਰੀ ਪਾਰਟੀ ਵੱਲੋਂ ਜਿੱਤਿਆ ਸੀ ਉਦੋਂ ਬਾਅਦ ਦੋ ਵਾਰੀ ਕਾਂਗਰਸ ਦੀ ਟਿਕਟ ਤੇ ਜਿੱਤਿਆ ਉਹ ਬੰਦਾ ਹਾਂਜੀ ਤੇ ਇੰਨਾ ਚੋਣਾਂ ਚ ਪਹਿਲੀ ਵਾਰ ਬੀਜੇਪੀ ਚ ਆਇਆ ਤੇ ਬੀਜੇਪੀ ਨੇ ਆਉਂਦਿਆਂ ਸਾਰੀ ਪਹਿਲੀ ਵਾਰ ਉਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਚੀਫ ਮਿਨਿਸਟਰੀ ਦਾ ਸੱਗਨ ਉਹਦੀ ਝੋਲੀ ਚ ਪਾ ਦਿੱਤਾ ਕਿ ਤੂੰ ਬਣ ਸਟਾਰਸ ਦੇਖ ਬੰਦੇ ਕਹਿੰਦੇ ਸਾਡਾ ਇਹਦਾ ਕਿਦਾਂ ਹੋ ਗਿਆ ਉਹ ਜਿੱਦਾਂ ਆਇਆ ਜੇ ਕੱਲ ਨੂੰ ਦਿੱਲੀ ਵਿੱਚ ਸਰਕਾਰ ਬਦਲ ਜਾਵੇ 2019 ਦੇ ਵਿੱਚ ਚੋਣਾਂ ਦੇ ਵਿੱਚ ਬੀਜੇਪੀ ਨਾ ਰਹੀ ਤੇ ਜਿਹੜੀ ਪਾਰਟੀ ਆ ਗਈ ਫਿਰ ਉਹਦਾ ਵੀ ਤੁਜੂ ਹੂੰ ਉੱਤਰਾਖੰਡ ਦੇ ਵਿੱਚ ਬੀਜੇਪੀ ਕਹਿੰਦੀ ਅਸੀਂ 57 ਜਿੱਤ ਲੈ ਉਹਨਾਂ 57 'ਚ 8 ਤਾਂ ਉਹ ਨੇ ਜਿਹੜੇ ਪਿਛਲੀ ਵਾਰੀ ਕਾਂਗਰਸ ਵੱਲੋਂ ਜਿੱਤੇ ਸੀ ਅੱਜ ਇਹਨਾਂ ਦੇ ਨਾਲ ਲੋਏ ਪਲਕ ਨੂੰ ਕਿਹ ਹੋਰ ਨਾਲ ਚੱਲ ਜਾਣਗੇ ਉਹਨਾਂ ਦਾ ਕੋਈ ਦਿਨ ਮਜਬਤਾ ਹੈ ਨਹੀਂ ਜਿਹੜੇ ਇਦਾਂ ਦੇ ਬੰਦੇ ਨੇ ਰਾਤੋਂ ਰਾਤ ਪਲਟੀਆਂ ਮਾਰਨ ਵਾਲੇ ਇੱਕ ਵਾਰੀ ਜਦੋਂ ਜਨਤਾ ਪਾਰਟੀ 1977 ਚਾਹੀ ਮੁਰਾਰੀ ਦੇਸਾਈ ਦੀ ਅਗਵਾਈ ਚ ਐਮਰਜੈਂਸੀ ਤੋਂ ਬਾਅਦ ਹਰਿਆਣਾ ਚ ਚੌਧਰੀ ਦੇਵੀ ਲਾਲ ਮੁੱਖ ਮੰਤਰੀ ਬਣਿਆ ਇਹਨੂੰ ਪਲਟਾ ਕੇ ਥਾਂ ਤੇ ਚੌਧਰੀ ਭਜਨ ਲਾਲ ਮੁੱਖ ਮੰਤਰੀ ਬਣ ਗਿਆ ਅਗਲੀਆਂ ਚੋਣਾਂ ਦੇ ਵਿੱਚ ਬਾਕੀ ਸਭ ਥਾਵਾਂ ਦੇ ਉੱਤੇ ਗੈਰ ਕਾਂਗਰਸੀ ਸਰਕਾਰਾਂ ਇੰਦਰਾ ਗਾਂਧੀ ਨੇ ਤੋੜੀਆਂ ਤੇ ਚੌਧਰੀ ਭਜਨ ਲਾਲ ਵਾਲੀ ਨਹੀਂ ਸੀ ਤੋੜੀ ਇਸ ਕਰਕੇ ਨਹੀਂ ਸੀ ਤੋੜੀ ਕਿ ਭਜਨ ਲਾਲ ਨੇ ਰਾਤ ਨੂੰ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਤੇ ਸਾਰਿਆਂ ਨਾਲ ਸਲਾਹ ਕੀਤੀ ਸਾਰੇ ਮੰਤਰੀ ਮੰਡਲ ਚੋਂ ਸਰਕਾਰ ਚੋਂ ਇੱਕ ਵੀ ਮੰਤਰੀ ਕਿਰੇ ਬਗੈਰ ਸਾਰੇ ਦੇ ਸਾਰੇ ਸਵੇਰੇ ਇੰਦਰਾਗੜੀ ਕੋਲ ਚਲੇ ਗਏ ਹਾਂਜੀ ਕੱਲ ਉਹ ਜਨਤਾ ਪਾਰਟੀ ਦੇ ਸੰਨ ਰਾਤੋਂ ਰਾਤ ਜਨਤਾ ਪਾਰਟੀ ਦਾ ਝੰਡਾ ਪੁੱਟ ਕੇ ਉਹਦੀ ਥਾਂ ਤੇ ਕਾਂਗਰਸ ਦਾ ਲਾ ਲਿਆ ਭਜਨ ਲਾਲ ਹੋਰ ਸਾਰੀ ਸਰਕਾਰੀ ਦਲ ਬਦਲੀ ਕਰ ਗਈ ਪੂਰੀ ਦੀ ਪੂਰੀ ਸਰਕਾਰ ਦਲ ਬਦਲੀ ਕਰ ਗਈ ਇਹ ਟੁੜੀਆਂ ਦਲ ਬਦਲੀਆਂ ਨੂੰ ਇਸ ਤਰ੍ਹਾਂ ਦੀ ਸ਼ਹਿਦ ਦੇਣੀ ਆ ਅੱਗੇ ਵੀ ਬੀਜੇਪੀ ਨੂੰ ਕਈ ਵਾਰ ਮਹਿੰਗੀ ਪਈ ਹੈ ਹੁਣ ਵੀ ਜਿਸ ਤਰ੍ਹਾਂ ਦੇ ਦਲ ਬਦਲੀ ਦੇ ਕਲਚਰ ਨੂੰ ਇਹ ਸ਼ਹਿਦ ਦੇ ਰਿਹਾ ਲੰਮੇ ਸਮੇਂ ਚ ਇਹਨਾਂ ਨੂੰ ਵੀ ਮਹਿੰਗਾ ਪਵੇਗਾ ਦੇਸ਼ ਨੂੰ ਵੀ ਮਹਿੰਗਾ ਪਵੇਗਾ ਬਿਲਕੁਲ ਮੈਂnga ਪੈਗਾ ਪਰ ਉਸ ਵੇ ਮੈਂ ਤੁਹਾਡੇ ਥੋੜੇ ਜਿਹੇ ਸ਼ਬਦ ਚਾਹੁੰਦੀਆਂ ਕਿ ਜਿਹੜੀ ਗੋਆ ਦੇ ਵਿੱਚ ਫਲੋਰ ਟੈਸਟ ਬਾਰੇ ਸੁਪਰੀਮ ਕੋਰਟ ਨੇ ਕਿਹਾ ਉਹਦੇ ਬਾਰੇ ਕੀ ਹੋ ਸਕਦਾ ਹੈ ਕਰ ਜਾਣਗੇ ਕਿਉਂਕਿ ਜਦੋਂ ਸਾਰਿਆਂ ਨੂੰ ਕਹਤਾ ਤੁਹਾਨੂੰ ਮੰਤਰੀ ਬਣਾਤਾ ਤੇ ਇੱਕ ਵਾਰੀ ਬਣ ਗਏ ਆ ਉਹ 16 ਤਰੀਕ ਨੂੰ ਫਲੋਰ ਟੈਸਟ ਵਿੱਚ ਇਹਨਾਂ ਦੇ ਆਪਣੇ ਬੰਦੇ ਵੀ ਨਾਲ ਰਹਿਣਗੇ ਜਿਨ੍ਹਾਂ ਨੂੰ ਵਜਿਰੀ ਦਾ ਸਿਕਨ ਪਾਇਆ ਉਹ ਵੀ ਨਾਲ ਰਹਿਣਗੇ ਭਾਈ ਬੰਦੇ ਕਰਨੇ ਕੋਈ ਔਖਾ ਨਹੀਂ ਕੰਗ 16 ਪੌਂਦੀ ਪਾਈ ਜਾਵੇ ਜੀ ਉਹਦੇ ਪੱਲੇ 17 ਰਹਿ ਜਾਣੇ ਆ ਇਹ ਆਪਣੇ ਕਰ ਜਾਣਗੇ ਜੀ ਪ੍ਰੋਗਰਾਮ ਦੇ ਵਿੱਚ ਫਿਲਹਾਲ ਸਮੂਹ ਹੋ ਗਏ ਇੱਕ ਛੋਟ ਜਿਹੀ ਬ੍ਰੇਕ ਤਾਂ ਤੁਸੀਂ ਕਿਤੇ ਨਾ ਜਾਣਾ ਤੇ ਬੜਨੋ ਸਾਰਨਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਚੀ ਦੇ ਨਾਲ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਮਿੰਟ ਸ਼ਾਮੀ ਤੇ ਇਸੇ ਟਾਈਮ ਵੈਨ ਹੋਵੇਗਾ ਤਦ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਿਤਿੰਦਰ ਪਨੂਜੀ ਦੇ ਨਾਲ ਪਨੂ ਸਾਹਿਬ ਜੇਸ ਤਰੀਕੇ ਦੇ ਨਾਲ ਪੰਜ ਸੂਬੇ ਦੇ ਵਿੱਚ ਹਲਾਨੀ ਜਨਕ ਨਤੀਜੇ ਸਾਹਮਣੇ ਆਏ ਨੇ ਉਸੇ ਨੂੰ ਲੈ ਕੇ ਜਿਹੜੀ ਬਹੁਜਨ ਸਮਾਜ પાર્ટી ਦੀ ਮਾਇਆਵਤੀ ਹੈ ਤੇ ਆਮ ਆਦਮੀ ਪਾਰਟੀ ਦੇ ਕੇਜriwal ਦਾ ਕਹਿਣਾ ਹੈ ਕਿ EVM ਮਸ਼ੀਨਾਂ ਦੇ ਵਿੱਚ ਕੁਝ ਗੜਬੜੀ ਕੀਤੀ ਗਈ ਹੈ ਤੇ ਉਹਨਾਂ ਨੇ ਇਸ ਹੀਰਾ ਫੇਰੀ ਦਾ ਸ਼ੱਕ ਪ੍ਰਗਟਾਇਆ ਤੇ ਜੀ ਆਪਾਂ EVM ਮਸ਼ੀਨਾ ਬਾਰੇ ਗੱਲ ਕਰੀਏ ਤਾਂ ਕੀ ਪੋਸੀਬਿਲਿਟੀ ਹੈਗੀ ਕਿ ਇਹਨਾਂ ਦੇ ਵਿੱਚ ਕੋਈ ਸੇਂਧ ਲਾਈ ਜਾ ਸਕੇ ਤੁਸੀਂ ਪੰਜਾਬੀ ਦਾ ਮੁਹਾਵਰਾ ਸੁਣਾ ਨੱਚਿਆ ਨਾ ਜਾਵੇ ਤੇ ਵਿੜਾ ਵਿੰਗਾ ਹਾਂਜੀ ਇਨਾ ਵਾਸਤੇ ਬੇਟਾ ਬੰਗਾ ਹੋ ਗਿਆ। ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਜਦੋਂ ਇਹ ਆਖਿਆ ਕਿ ਪੰਜਾਬ 'ਚ ਕਾਂਗਰਸ ਇੰਨੀਆਂ ਸੀਟਾਂ ਜਿੱਤ ਹੀ ਨਹੀਂ ਸਕਦੀ ਕਿ 77 ਲੈ ਜਾਵੇ। ਹਾਂਜੀ। ਮਸ਼ੀਨਾਂ 'ਚ ਗੜਬੜ ਹੋਈ ਐ। ਤੇ ਲੋਕਾਂ ਨੇ ਉਸ ਵੇਲੇ ਪੁੱਛ ਲਿਆ ਕਿ ਕਦੇ ਅਜੇ ਤੱਕ ਕਿਸੇ ਦੀਆਂ 77 ਚੋਂ 67 ਸੀਟਾਂ ਵੀ ਆਈਆਂ ਸੀ ਜਦੋਂ 67 ਤੁਹਾਡੀਆਂ ਆਈਆਂ। ਉੱਥੇ ਵੀ ਇਲੈਕਟ੍ਰੋਨਿਕ ਮਸ਼ੀਨਾਂ ਨਾਲ ਹੀ ਵੋਟਿੰਗ ਹੋਈ ਸੀ। ਫਿਰ ਗੜਬੜ ਤਾਂ ਹਾਂ ਵੀ ਕੋਈ ਨਾ ਕੋ ਕੀਤੀ ਹੋਣੀ। ਬਿਲਕੁਲ। ਦਿੱਲੀ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਗਿਆ ਕੈਪਟਨ ਅਮਰਿੰਦਰ ਸਿੰਘ ਅੱਧੇ ਘੰਟੇ ਦੀ ਮੀਟਿੰਗ ਕੀਤੀ ਮਸਲੇ ਹੋਰ ਵਿਚਾਰੇ ਜਦੋਂ ਬਾਹਰ ਨਿਕਲੇ ਤੇ ਨਿਕਲਦੇ ਸਾਰ ਪੱਤਰਕਾਰਾਂ ਨੇ ਆਖਿਆ ਜੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਪੰਜਾਬ ਦੀਆਂ ਜਿਹੜੀਆਂ ਵੋਟਾਂ ਪਈਆਂ ਨੇ ਉਹ ਚ ਇਲੈਕਟ੍ਰੋਨਿਕ VOTING ਮਸ਼ੀਨਾਂ 'ਚ ਕੋਈ ਗੜਬੜ ਹੋਈ ਹੈ ਕੋਈ ਸੌਫਟਵੇਅਰ 'ਚ ਗੜਬੜ ਕੀਤੀ ਗਈ ਉਹ ਕਹਿੰਦੇ ਜਿਹੜਾ ਹਾਰ ਜਾਂਦਾ ਐਦਾਂ ਕਿੰਦਾ ਹੁੰਦਾ ਉਦੇ ਬਾਅਦ ਪੱਤਰਕਾਰਾਂ ਨੇ ਦੂਜਾ ਸਵਾਲ ਰਾਹੁਲ ਗਾਂਧੀ ਨੂੰ ਪੁੱਛ ਲਿਆ ਇੱਧਰ ਉਧਰ ਦੀਆਂ ਦੋ ਤਿੰਨ ਗੱਲਾਂ ਪੰਜਾਬ ਬਾਰੇ ਪੁੱਛ ਕੇ ਤੇ ਫਿਰ ਕਹਿੰਦੇ ਕਿ ਯੂਪੀ ਚ ਕਾਂਗਰਸ ਦੀ ਬੜੀ ਹਾਰ ਹੋਈ ਕਹਿੰਦਾ ਉੱਥੇ ਸ਼ੱਕ ਕੀਤਾ ਜਾਂਦਾ ਕਿ ਮਸ਼ੀਨਾਂ ਚ ਗੜਬੜ ਹੋਈ ਹੁਣੇ ਜੇ ਕੈਪਟਨ ਅਵਰਿੰਦਰ ਸਿੰਘ ਨੇ ਆਖਿਆ ਸੀ ਜਿੱਥੇ ਕੋਈ ਹਾਰ ਜਾਂਦਾ ਉਹ ਫਿਰ ਇਹੋ ਹੀ ਕਿਨੰਦ ਇਹੀ ਗੱਲ ਉੱਥੇ ਮਾਇਵਤੀ ਕਹ ਰਹੀ ਹੈ ਜੇ ਇਲੈਕਟ੍ਰਾਨਿਕ VOTING ਮਸ਼ੀਨਾਂ ਚ ਗੜਬੜ ਹੁੰਦੀ ਹੋਵੇ ਦੀਪੁਤ ਭਗਵੰਤ ਮਾਨ ਉਦੋਂ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਕਿਦਾਂ ਜਿੱਤੇਗੇ ਐਮਵੀ ਬਣ ਕੇ ਬਿਲਕੁਲ ਇੱਥੇ ਬੜੀਆਂ ਅਜੀਬ ਗੱਲਾਂ ਆਖੀਆਂ ਜਾ ਰਹੀਆਂ ਨੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਬੀਜੇਪੀ ਨੇ ਆਪਣੀਆਂ ਵੋਟਾਂ ਕਾਂਗਰਸ ਨੂੰ ਪਾ ਕੇ ਜਿਤਾਤਾ ਹਾਂ ਇਹ ਵੀ ਰੂਮਰਸ ਸੋਣੇ ਜਾ ਰਹੇ ਜਦੋਂ ਖਜ਼ਾਨਾ ਮੰਤਰੀ ਅਰਣ ਜੇਤਲੀ ਹੋ ਕੇ ਗਏ ਉਸ ਦਿਨ ਇਹ ਚਰਚਾ ਚੱਲ ਪਈ ਸੀ ਕਿ ਜਿੱਥੇ ਆਪਾਂ ਜਿੱਤ ਨਹੀਂ ਸਕਦੇ ਕਾਂਗਰਸ ਨੂੰ ਵੋਟਾਂ ਪਾ ਦਿਓ ਪਤਾ ਨਹੀਂ ਉਹਨੇ ਆਖਿਆ ਕਿ ਆਪੇ ਗੱਲ ਚੱਲ ਪਈ ਪਰ ਚੱਲਦੀ ਸੀ ਹੁਣ ਸਵਾਲ ਇਹ ਆ ਕਿ ਜਿਹੜੇ ਬਾਕੀ ਥਾਵਾਂ ਤੇ ਕਾਲੀਆਂ ਦੇ ਹਲਕੇ ਆ ਉੱਥੇ ਤਾਂ ਇਹ ਬੀਜੇਪੀ ਵਾਲੇ ਕਾਂਗਰਸ ਨੂੰ ਵੋਟਾਂ ਪਾਉਣਗੇ ਜਿੱਥੇ ਕੋਈ ਬੀਜੇਪੀ ਵਾਲਾ ਖੜਾ ਹੋ ਆਪਣੀਆਂ ਵੋਟਾਂ ਆਪ ਹਾਰਨ ਵਾਸਤੇ ਕਾਂਗਰਸ ਨੂੰ ਪਾਊਗਾ ਹੁਸ਼ਿਆਰਪੁਰ ਦੇ ਵਿੱਚੋਂ ਬੀਜੇਪੀ ਦਾ ਜਿਹੜਾ ਉਮੀਦਵਾਰ ਖੜਾ ਹਾਂਜੀ ਉਹਦੀ ਘਰ ਵਾਲੇ ਕੌਂਸਲਰ ਆ ਉਹਦੇ ਆਪਣੇ ਵਾਰਡ ਦੇ ਵਿੱਚੋਂ ਵੀ ਉਹ ਹਾਰ ਗਿਆ ਆਪਣੇ ਵਾਰਡ ਵਿੱਚੋਂ ਨੇ ਆਪਣੇ ਖਿਲਾਫ ਕਾਂਗਰਸ ਨੂੰ ਵੋਟਾਂ ਪਵਾਤੀਆਂ ਆਮ ਆਦਮੀ ਪਾਰਟੀ ਦੇ ਤੀਜੇ ਥਾਂ ਫਿਰਦੀ ਸੀ ਗੱਲ ਤਾਂ ਨਹੀਂ ਉਤਰਦੀ ਗੱਲ ਇਤਾਂ ਦੀਆਂ ਕਈ ਹਾਲਤਾਂ ਨੇ ਜਿਨ੍ਹਾਂ ਦਾ ਕਰਕੇ ਮੰਨੀ ਨਹੀਂ ਜਾ ਸਕਦੀ ਗੱਲ ਇਹ ਫਿਰ ਉੱਥੇ ਮੋੜਕੜ ਕੇ ਆ ਜਾਂਦੀ ਹੈ ਕਿ ਨੱਚਿਆ ਨਾ ਜਾਵੇ ਤੇ ਵਿੜਾ ਵਿੰਗਾ ਉਹਦਾ ਕਰਕੇ ਇਤਾਂ ਦੀਆਂ ਗੱਲਾਂ ਕਰ ਰਿਹਾ ਉਹਦਾ ਇਹਦਾ ਕੋਈ ਮਤਲਬ ਨਹੀਂ ਜੀ ਬਨੂ ਸਾਹਿਬ ਪਾਜ ਬਾਦ ਜਿਹੜੇ ਬਜ਼ੁਰਗ ਆਗੂ ਨੇ ਲਾਲ ਕ੍ਰਿਸ਼ਨ ਅਡਵਾਨੀ ਉਹਨਾਂ ਬਾਰੇ ਇਹ ਪਤਾ ਚੱਲ ਰਿਹਾ ਹੈ ਕਿ ਉਹਨਾਂ ਨੂੰ ਰਾਸ਼ਟਰਪਤੀ ਚੋਣ ਦੇ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਸ ਬਾਰੇ ਤੁਸੀਂ ਕੀ ਆਖੋਗੇ ਸਿਰਫ ਬਣਾਇਆ ਨਹੀਂ ਜਾ ਸਕਦਾ ਬਣਾ ਵੀ ਦੇਣਾ ਚਾਹੀਦਾ ਜੀ ਵਿਚਾਰੇ ਬਾਪੂ ਨੇ ਡੁੱਬੀ ਪਈ ਪਾਰਟੀ ਨੂੰ ਇੰਨੇ ਯੋਗ ਕੀਤਾ ਕਿ ਉਹ ਰਾਜ ਕਰੇ 543 ਦੀ ਪਾਰਲੀਮੈਂਟ ਵਿੱਚ ਦੋ ਮੈਂਬਰ ਹੁੰਦੇ ਸਨ ਇਹਨਾਂ ਦੇ ਜਦੋਂ ਉਹਨੂੰ ਅਗਵਾਈ ਦਿੱਤੀ ਗਈ ਉਹਨੇ ਰੱਥ ਚਲਾਇਆ ਬਾਬਰੀ ਮਸਜਿਦ ਵੱਲ ਦੋ ਤੋਂ 86 ਤੇ ਲੈ ਗਿਆ 86 ਤੋਂ 116 ਤੇ ਲੈ ਗਿਆ 116 ਤੋਂ 119 ਤੇ ਲੈ ਗਿਆ 119 ਤੋਂ 182 ਤੇ ਲੈ ਗਿਆ ਜਦੋਂ 182 ਆਇਆ ਉਦੋਂ ਤੱਕ ਉਹ ਤੇ ਕੇਸ ਬਣ ਗਿਆ ਹਵਾਲਾ ਕਾਂਡ ਦਾ ਹਾਂਜੀ 13 ਦਿਨਾਂ ਬਾਅਦ ਤੇ ਪ੍ਰਧਾਨ ਮੰਤਰੀ ਬਣ ਕੇ ਅਟਲ ਵਿਹਾਰੀਵਾਜ ਪਈ ਹਿੰਦੁਸਤਾਨ ਦੇ ਇਤਿਹਾਸ ਚ ਪਹਿਲੀ ਵਾਰੀ ਬੀਜੇਪੀ ਦਾ ਪ੍ਰਧਾਨ ਮੰਤਰੀ ਬਣਿਆ ਸੀ ਇਹ ਬਾਅਦ ਰਹਿ ਗਿਆ ਜਦੋਂ ਤੱਕ ਕੇਸ ਚ ਭਰੀ ਹੋ ਗਿਆ ਉਹਨੇ ਜਦ ਤੱਕ ਪੰਜ ਪੰਜ ਦੂਜੀ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਸੀ ਉਹਨੂੰ ਡਿਫਟੀ ਪ੍ਰਧਾਨ ਮੰਤਰੀ ਬਣਨਾ ਪਿਆ ਤੀਜੀ ਵਾਰੀ ਵੀ ਡਿਫਟੀ ਪ੍ਰਧਾਨ ਮੰਤਰੀ ਦਾ ਹਾਂਜੀ ਅਗਲੀ ਵਾਰੀ ਨੇ ਚੋਣ ਲੜੀ ਤੇ ਪਾਰਟੀ ਨਾ ਜਿੱਤੀ ਇਹ ਪਾਸੇ ਰਹਿ ਗਿਆ ਜਦੋਂ ਜਤਨ ਦਾ ਮੌਕਾ ਆਇਆ ਤੇ ਉਦੋਂ ਅਰਨ ਜੈਤਰੀ ਨੂੰ ਅੱਗੇ ਲਾ ਦਿੱਤਾ ਗਿਆ ਤੇ ਸਾਰੇ ਕਹਿੰਦੇ ਸਨ ਹਮ ਵਫਾ ਕਰਕੇ ਵੀ ਤਨਹਾਰ ਰਹਿ ਗਏ ਦਿਲ ਕੇ ਅਰਮਾਂ ਅੰਸੂਆਂ ਵਿੱਚ ਵਹਿ ਗਏ ਪਰ ਨਰਿੰਦਰ ਮੋਦੀ ਨੇ ਆਉਂਦਿਆ ਸਾਰੀ ਉਹਨੂੰ ਵੇ ਰੋਜ ਮੀਟਿੰਗਾਂ ਚ ਖਰਾਬ ਨਾ ਕਰੇ ਬਾਪੂ ਐਵੇਂ ਕੋਈ ਲਤੜਾਊਗਾ ਇੱਕ ਮਾਰਗਦਰਸ਼ਕ ਮੰਡਲ ਬਣਾ ਕੇ ਤੂੰ ਦਾ ਮੈਂਬਰ ਬਣਾ ਕੇ ਪਾਸੇ ਕਰ ਤਾਂ ਕਿ ਮੀਟਿੰਗਾਂ ਚ ਬਾਪੂ ਤੂੰ ਨਹੀਂ ਆਉਣਾ ਕਦੇ-ਕਦੇ ਤੇਰੇ ਤੋਂ ਮਾਰਗਦਰਸ਼ਨ ਲੈਣ ਚਲਦੇ ਆ ਕਰ ਬਿਲਕੁਲ ਸਹੀ ਗੱਲ ਹੈ ਹੁਣ ਜਦੋਂ ਬੀਜੇਪੀ ਕੇਂਦਰ ਵਿੱਚ ਵੀ ਸੌਖੀ ਹੈ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਚ ਉਹਦੇ ਕੋਲ ਬਹੁਤ ਸੰਮਤੀ ਆ ਗਈ ਹੈ ਆਈ ਜਾਣੀ ਹੈ ਕਿਉਂਕਿ ਯੂਪੀ ਦੇ ਵਿੱਚ ਬਥੇਰੇ ਬੰਦੇ ਜਿੱਤ ਕੇ ਆ ਜਣੇ ਯੂਪੀ ਚ ਹੁੰਜਾ ਮਾਰ ਲਿਆ ਗੋਆ ਇਹਨਾਂ ਕੋਲ ਹੈ ਮਨੀਪੁਰ ਇਹਨਾਂ ਕੋਲ ਹੈ ਜੰਮੂ ਕਸ਼ਮੀਰ ਤੇ ਭਾਈ ਵਾਲੀ ਹੈ ਹਰਿਆਣਾ ਚ ਆਪਣੀ ਸਰਕਾਰ ਹੈ ਉੱਤਰਾਖੰਡ ਚ ਆਪਣੀ ਬਣ ਚੱਲੀ ਹੈ ਛਤੀਸਗੜ ਆ ਚਾਰਖੰਡ ਮੱਧ ਪ੍ਰਦੇਸ਼ ਪਹਿਲੇ ਤਿੰਨ ਵਾਰੀਆਂ ਤੋਂ ਆ ਉਧਰ ਮਹਾਰਾਸ਼ਟਰ ਚ ਆਪਣੇ ਭਾਈਵਾਲਾਂ ਨਾਲ ਸਰਕਾਰ ਚ ਇਹਨਾਂ ਕੁਛ ਐ ਇਸ ਵੇਲੇ ਆਪਣੀ ਮਰਜ਼ੀ ਦਾ ਰਾਸ਼ਟਰਪਤੀ ਬਣਾ ਸਕਦੇ ਉਪਰ ਰਾਸ਼ਟਰਪਤੀ ਵੀ ਮਰਜ਼ੀ ਦਾ ਬਣਾ ਸਕਦੇ ਆ ਹਾਂਜੀ ਉਦੋਂ ਇਹ ਚੰਗਾ ਕੀਤਾ ਕਿ ਉਸ ਬਾਪੂ ਦਾ ਨੌਗਾ ਕੱਢ ਲਿਆ ਕਿ ਬੁੱਢੇ ਵਾਰੀ ਉਹਨੂੰ ਕੁਛ ਨਾ ਕੁਛ ਮਾਨ ਸਨਮਾਨ ਦੇ ਦਿੱਤਾ ਜਾਵੇ ਜਿਨੇ ਪਾਰਟੀ ਨੂੰ ਜ਼ੀਰੋ ਤੋਂ ਚੁੱਕੇ ਇੱਥੋਂ ਤੱਕ ਲਿਆਂਦਾ ਸੀ ਕਿ ਰਾਜ ਕਰਨ ਵਾਲੀ ਹੋ ਜਾਵੇ ਹੁਣ ਤੱਕ ਹੁੰਦਾ ਇਹ ਆ ਕਿ ਜਿਹੜਾ ਡੁੱਬਿਆਂ ਪਿਆ ਨੂੰ ਚੁੱਕਦਾ ਉਹ ਨੂੰ ਮੁੜ ਕੇ ਬਹੁਤੀ ਵਾਰੀ ਪੁੱਛਿਆ ਨਹੀਂ ਜਾਂਦਾ ਜਿਹੜੇ ਚਰਚਲ ਨੇ ਸੈਕੰਡ ਵਰਲਡ ਵਾਰ ਜਿੱਤ ਕੇ ਅੰਗਰੇਜ਼ਾਂ ਨੂੰ ਦਿੱਤੀ ਸੀ ਅਗਲੀ ਵਾਰੀ ਆਰ ਗਿਆ ਸੀ ਅਸੀਂ ਕਈ ਹੋਰਨਾਂ ਨੂੰ ਵੀ ਲੋਕਾਂ ਨੂੰ ਵੇਖਿਆ ਹੋਇਆ ਹਾਂ ਹਾਂਜੀ ਇਹ ਲਾਲ ਕਿਸ਼ਨ ਅਡਵਾਨੀ ਦਾ ਇੰਨਾ ਕੁ ਹੱਕ ਤਾਂ ਬਣਦਾ ਕਿ ਉਸ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਜੇ ਇੰਨੇ ਉਹਨੇ ਸਾਰੀ ਉਮਰ ਲਾਈ ਆ ਨਰਿੰਦਰ ਮੋਦੀ ਵੀ ਤਾਂ ਪੰਜਾਬ ਦੇ ਵਿੱਚ ਪਾਰਟੀ ਦਾ ਇੰਚਾਰਜ ਹੁੰਦਾ ਸੀ ਉਹਨੂੰ ਕੌਣ ਕੁੱਛਦਾ ਸੀਗਾ ਹਾਂਜੀ ਕੇਸ਼ੂ ਪਟਾਈ ਭਾਈ ਪਟੇਲ ਦਾ ਉੱਥੇ ਗੁਜਰਾਤ ਦੇ ਵਿੱਚ ਰੇੜਕਾ ਪੈ ਗਿਆ ਤੇ ਨਵਾਂ ਮੁੱਖ ਮੰਤਰੀ ਬਣਾਉਣਾ ਸੀ ਭਾਜਪਾ ਤੇ ਉਹਨੂੰ ਬਣਾਉਣ ਨੂੰ ਮੰਨਦਾ ਹੀ ਨਹੀਂ ਸੀ ਇਹਨੂੰ ਜਾ ਕੇ ਮੁੱਖ ਮੰਤਰੀ ਵੀ ਪਹਿਲੀ ਵਾਰੀ ਅਨੰਦਵਾਨੀ ਨੇ ਬਣਵਾਇਆ ਸੀ ਬਾਅਦ ਵਿੱਚ ਉਸੇ ਹੀ ਡਬਣ ਦੀ ਜਿਹੜਾ ਉਹਨੇ ਲਾ ਪਿਆ ਪਰ ਹੁਣ ਜੇ ਮੌਕਾ ਦਿੰਦਾ ਤੇ ਠੀਕ ਹੈ ਘਟੋ ਘਟੋ ਉਹਨੂੰ ਥੋੜਾ ਇਸ ਗੱਲ ਦੀ ਤਸੱਲੀ ਤੇ ਹੋ ਕਿ ਮੇਰੇ ਕੀਤੇ ਦਾ ਗੁਣ ਜਾਣਿਆ ਬਿਲਕੁਲ ਤੁਹਾਨੂੰ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਕਿ ਰਾਜਨੀਤੀ ਬੜੀ ਅਜੀਬ ਤਰ੍ਹਾਂ ਦਾ ਖੇਲ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸੋਚ ਵਿਚਾਰ ਕੇ ਪਤਾ ਲੱਗਦਾ ਜੀ ਇੱਕ ਮੁਹਾਵਰਾ ਕਦੇ ਗੱਡੀ-ਬੇੜੀ ਤੇ ਕਦੇ ਬੇੜੀ-ਗੱਡੀ ਤੇ ਰਾਜਨੀਤੀ ਜਿਵੇਂ ਆਮ ਚੱਲਦਾ ਜੀ 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 ਤੁਹਾਨੂੰ ਸਾਹਿਬ ਸਮਾਂ ਸਨ ਹੋ ਰਹੀ ਜਾਸਤ ਨੇ ਜਿੰਨਾਂ ਕੀ ਗੱਲਬਾਤ ਨੂੰ ਅੱਗੇ ਬਤਾਈ ਮੁੱਦੇ ਕਾਫੀ ਜ਼ਿਆਦਾ ਨੇ ਅਸੀਂ ਹੋਰ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਤੁਸੀਂ ਸਾਰੇ ਵੀ ਆਪਣਾ ਕੀਮਤੀ ਸਮਾਂ ਕੱਟ ਕੇ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇਸ ਨਾਲ ਮੈਨੂੰ ਪ੍ਰਭਜੋਤ ਕਾਨੂੰਨ